ਮਾਲਾ ਬੁੱਕ ਦੇ ਵਿੱਚ ਆਪਾਂ ਲਾਸਟ ਵੀਕ ਕਵਿਤਾ ਭਾਗ ਦੇ ਵਿੱਚੋਂ ਕਵਿਤਾ ਪੜ੍ਹੀ ਸੀ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਜਿਹਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਬਾਰੇ ਪੰਜਾਬ ਦੇ ਬਾਰੇ ਸਿਫਤ ਕੀਤੀ ਸੀ ਉਹਦੇ ਨਾਲ ਰਿਲੇਟਡ ਤੁਸੀਂ ਲੇਖ ਵੀ ਕੀਤਾ ਮਾਤ ਭਾਸ਼ਾ ਦੀ ਅਹਿਮੀਅਤ ਔਰ ਇਹ ਲੇਖ ਵੀ ਉਸੇ ਤਰ੍ਹਾਂ ਹੀ ਹੈ ਪੰਜਾਬੀ ਸੱਭਿਆਚਾਰ ਆਪਣੇ ਪੁਰਾਣੇ ਸੱਭਿਆਚਾਰ ਨਾਲ ਰਿਲੇਟਡ ਮੁੜ ਵੇਖਿਆ ਪਿੰਡ ਆਪਣੇ ਪਿੰਡ ਨੂੰ ਵੇਖਣ ਦੀ ਇੱਛਾ ਪੈਦਾ ਹੋਈ ਕਿਹਦੇ ਬਲਰਾਜ ਸਾਨੀ ਦੇ ਮਨ ਵਿੱਚ ਲੇਖਕ ਹੈ ਬਲਰਾਜ ਸਾਨੀ ਦਾ ਨਾਮ ਤੁਸੀਂ ਸੁਣਿਆ ਹੋਣਾ ਫਿਲਮ ਇੰਡਸਟਰੀ ਦੇ ਵਿੱਚ ਜਿਹਨੇ ਬਹੁਤ ਸਾਰੀਆਂ ਫਿਲਮਾਂ ਵੀ ਕੀਤੀਆਂ ਨੇ ਔਰ ਸਕ੍ਰਿਪਟ ਰਾਈਟਰ ਵੀ ਹੋਇਆ ਜਿਹਨੇ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਪਰ ਜਦੋਂ ਆਪਾਂ ਮਾਂ ਬੋਲੀ ਪੰਜਾਬੀ ਕਵਿਤਾ ਪੜ੍ਹੀ ਸੀ ਮੈਂ ਪੰਜਾਬੀ ਉਹਦੇ ਵਿੱਚ ਮੈਂ ਤੁਹਾਨੂੰ ਇਹਦਾ ਪ੍ਰਸੰਗ ਵੀ ਦਿੱਤਾ ਸੀ ਕਿ ਜਦੋਂ ਬਲਰਾਜ ਸਾਨੀ ਇੱਕ ਵਾਰ ਆਪਣੀਆਂ ਲਿਖਤਾਂ ਲੈ ਕੇ ਆਪਣੀਆਂ ਰਚਨਾਵਾਂ ਲੈ ਕੇ ਰਵਿੰਦਰ ਨਾਥ ਟੈਗੋਰ ਕੋਲ ਗਏ ਅੰਗਰੇਜ਼ੀ ਵਿੱਚ ਲਿਖੀਆਂ ਹੋਈਆਂ ਸਨ ਤਾਂ ਰਵਿੰਦਰ ਨਾਥ ਟੈਗੋਰ ਨੇ ਪੁੱਛਿਆ ਤੁਹਾਡੀ ਮਾਤ ਭਾਸ਼ਾ ਕਿਹੜੀ ਹੈ ਤਾਂ ਬਲਰਾਜ ਸਾਨੀ ਨੇ ਕਿਹਾ ਸੀ ਪੰਜਾਬੀ ਫਿਰ ਰਵਿੰਦਰ ਨਾਥ ਟੈਗੋਰ ਦਾ ਅਗਲਾ ਕੁਸ਼ਚਨ ਸੀ ਕਿ ਤੁਸੀਂ ਵੀ ਆਪਣੀ ਮਾਤ ਭਾਸ਼ਾ ਵਿੱਚ ਆਪਣੀਆਂ ਰਚਨਾਵਾਂ ਕਿਉਂ ਨਹੀਂ ਰਚਦੇ ਇੰਨਾ ਪ੍ਰਭਾਵਿਤ ਹੋਏ ਬਲਰਾਜ ਸਾਨੀ ਕਿ ਉਹਨਾਂ ਨੇ ਖੂਬ ਸਾਰਾ ਸਾਹਿਤ ਪੰਜਾਬੀ ਸਾਹਿਤ ਦੀ ਝੋਲੀ ਪਾਇਆ ਖੂਬ ਸਾਰੀਆਂ ਰਚਨਾਵਾਂ ਜਿਹਦੇ ਵਿੱਚੋਂ ਵਾਰਤਕ ਲੇਖ ਲਿਖਤਾਂ ਨਾਟਕ ਬਹੁਤ ਸਾਰੇ ਲਿਖੇ ਜਿਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਇਆ ਜਿਹਦੇ ਕਰਕੇ ਉਹਨਾਂ ਦੀਆਂ ਰਚਨਾਵਾਂ ਅਮੀਰ ਹੋਈਆਂ ਪੁਸਤਕਾਂ ਵਿੱਚ ਆਈਆਂ ਜਿਨ੍ਹਾਂ ਤੋਂ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਨਵੀਂ ਦਿਸ਼ਾ ਮਿਲਣੀ ਹੈ ਜਿਵੇਂ ਆਪਾਂ ਇਹ ਰਚਨਾ ਪੜ੍ਹਨੀ ਹੈ ਮੁੜ ਵੇਖਿਆ ਪਿੰਡ ਕਿ ਮਨੁੱਖ ਦੇ ਅੰਦਰ ਆਪਣੀਆਂ ਪੁਰਾਣੀਆਂ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਤਾਜ਼ਾ ਕਰਨ ਦੀ ਇੱਕ ਭਾਵਨਾ ਹੁੰਦੀ ਹੈ ਜਿਹੜੀਆਂ ਸਾਡੀਆਂ ਯਾਦਾਂ ਸਾਡੇ ਤੋਂ ਦੂਰ ਚਲੀਆਂ ਗਈਆਂ ਕਿ ਕਦੇ ਜ਼ਿੰਦਗੀ 'ਚ ਅਜਿਹੇ ਮੌਕੇ ਆਉਂਦੇ ਕਿ ਅਸੀਂ ਕਹਿੰਦੇ ਅਸੀਂ ਉਸ ਉਹਨਾਂ ਯਾਦਾਂ ਨਾਲ ਜੁੜ ਜਾਈਏ ਅਜਿਹਾ ਹੀ ਬਲਰਾਜ ਸਾਨੀ ਦੀ ਭਾਵਨਾ ਹੈ ਇਸ ਵਾਰਤਕ ਲੇਖ ਵਿੱਚ ਉਹਨੇ ਆਪਣਾ ਸਫ਼ਰ ਬਿਆਨ ਕੀਤਾ ਹੈ ਅਸਲ ਵਿੱਚ ਮੁੜ ਵੇਖਿਆ ਪਿੰਡ ਦਾ ਦੂਸਰਾ ਜਿਹੜਾ ਟਾਈਟਲ ਚੇਂਜ ਹੋ ਕੇ ਆਇਆ ਪਹਿਲਾਂ ਇਹਦਾ ਟਾਈਟਲ ਹੁੰਦਾ ਸੀ ਮੇਰਾ ਪਾਕਿਸਤਾਨੀ ਸਫ਼ਰਨਾਮਾ ਇਹ ਬਲਰਾਜ ਸਾਨੀ ਦੀ ਮਹੱਤਵਪੂਰਨ ਪੁਸਤਕ ਹੋਈ ਹੈ ਜਿਹਦੇ ਵਿੱਚ ਉਹਨੇ ਪਾਕਿਸਤਾਨ ਦਾ ਸਫ਼ਰ ਬਿਆਨ ਕੀਤਾ ਹੈ ਕਿਉਂਕਿ ਬਲਰਾਜ ਸਾਨੀ ਦੀ ਜਨਮ ਭੂਮੀ ਹੋਈ ਹੈ ਪਾਕਿਸਤਾਨ ਜਿੱਥੇ ਉਸਦਾ ਜਨਮ ਹੋਇਆ ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਉਹ ਆਪਣੀ ਜਨਮ ਭੂਮੀ ਛੱਡ ਆਇਆ ਸੀ ਤੇ ਜਦੋਂ ਦੇਸ਼ ਦੀ ਵੰਡ ਹੋਈ ਤਾਂ ਸਾਰਾ ਪਰਿਵਾਰ ਹੀ ਇੱਥੇ ਆ ਗਿਆ ਫਿਰ ਉਹਨੂੰ ਮੌਕਾ ਮਿਲਿਆ 40 ਸਾਲਾਂ ਬਾਅਦ ਆਪਣਾ ਪਿੰਡ ਦੇਖਣ ਦਾ ਮੌਕਾ ਮਿਲਿਆ ਉਹ ਇਹਨੂੰ ਗਵਾਉਣਾ ਨਹੀਂ ਚਾਹੁੰਦਾ ਉਹ ਇੱਕ ਇੱਕ ਪਲ ਜਿਉਣਾ ਚਾਹੁੰਦਾ ਹੈ ਜਿੰਨਾ ਵੀ ਉਹਨੂੰ ਸਮਾਂ ਮਿਲਿਆ ਪਿੰਡ ਵੇਖਣ ਦਾ ਔਰ ਇਸ ਵਾਰਤਕ ਲੇਖ 'ਚ ਪੜ੍ਹੋਗੇ ਕਿ ਉਹਨੂੰ 3 ਘੰਟੇ ਮਿਲਦੇ ਆਪਣਾ ਪਿੰਡ ਨਿਹਾਰਨ ਦਾ ਕਿ ਆਪਣਾ ਪਿੰਡ ਚੰਗੀ ਤਰ੍ਹਾਂ ਰੀਝ ਨਾਲ ਦੇਖ ਲਏ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਲਏ 3 ਘੰਟੇ ਦਾ ਸਮਾਂ ਤੇ ਉਹ ਇੱਕ ਇੱਕ ਪਲ ਖੁਸ਼ੀ ਦਾ ਬਿਤਾਉਣਾ ਚਾਹੁੰਦਾ ਇੱਕ ਇੱਕ ਚੀਜ਼ ਨਾਲ ਜੁੜਨਾ ਚਾਹੁੰਦਾ ਜਿਹੜੀ ਉਸੇ ਬਚਪਨ ਵਿੱਚ ਬੀਤੀ ਸੀ ਪਰ ਉਹ ਆਪਣੀ ਪੜ੍ਹਾਈ ਲਿਖਾਈ ਕਰਕੇ ਜਦੋਂ ਬਚਪਨ ਉਹਦਾ ਉੱਥੇ ਜਨਮ ਭੂਮੀ ਹੋਇਆ ਬਚਪਨ ਉੱਥੇ ਬੀਤਿਆ ਉਸ ਤੋਂ ਬਾਅਦ ਉਸਨੇ ਉਚੇਰੀ ਪੜ੍ਹਾਈ ਦੇ ਲਈ ਉਹਨੂੰ ਅਲੱਗ ਅਲੱਗ ਥਾਵਾਂ 'ਤੇ ਜਾਣਾ ਪਿਆ ਉਹਨੇ ਲੰਡਨ ਤੋਂ ਵੀ ਐਜੂਕੇਸ਼ਨ ਲਈ ਹੈ ਹੋਰ ਕਈ ਥਾਵਾਂ ਤੋਂ ਐਜੂਕੇਸ਼ਨ ਲਈ ਹੈ ਸ਼ਾਂਤੀ ਨਿਕੇਤਨ ਜਿਹੜਾ ਕਿ ਬੋਲਪੁਰ ਦੇ ਸਥਾਨ 'ਤੇ ਰਵਿੰਦਰ ਨਾਥ ਟੈਗੋਰ ਨੇ ਸਕੂਲ ਖੋਲ੍ਹਿਆ ਸੀ ਉੱਥੋਂ ਨੇ ਤਹਿਜ਼ੀਬ ਹਾਸਲ ਕੀਤੀ ਹੈ ਤਾਂ ਹੀ ਤਾਂ ਉਹਨਾਂ ਦੀ ਰਵਿੰਦਰ ਨਾਥ ਟੈਗੋਰ ਦੀ ਸੰਗਤ ਵਿੱਚ ਪਹੁੰਚੇ ਸਨ ਫਿਰ ਹੁਣ 1962 ਦਾ ਸਮਾਂ ਹੈ 1962 16 ਅਕਤੂਬਰ 1962 ਵਿੱਚ 40 ਸਾਲਾਂ ਬਾਅਦ ਉਹ ਆਪਣੇ ਪਿੰਡ ਜਾਂਦੇ ਹੈ ਜਨਮ ਭੂਮੀ ਦਾ ਨਾਮ ਕੀ ਹੈ ਭੇਰਾ ਪਿੰਡ ਪਾਕਿਸਤਾਨ ਵਿੱਚ ਹੈ ਭੇਰਾ ਪਿੰਡ ਉਹ ਉਹਨੂੰ ਦੇਖਣਾ ਚਾਹੁੰਦਾ ਹੈ ਇਹ ਆਪਾਂ ਇਸ ਵਾਰਤਕ ਲੇਖ ਵਿੱਚ ਪੜ੍ਹਨਾ ਹੈ ਬੇਟੇ ਧਿਆਨ ਨਾਲ ਰੀਡਿੰਗ ਕਰਨੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਟੈਸਟ ਦੇ ਬਾਰੇ ਦੱਸਾਂ ਕਿ ਜਿਹੜਾ ਤੁਹਾਡਾ ਥਰਸਡੇ ਨੂੰ ਟੈਸਟ ਡੇ ਹੈ ਉਹ ਇਸ ਵਾਰੀ ਟੈਸਟ ਤੁਹਾਡਾ ਹੈ ਓਬਜੈਕਟਿਵ ਟਾਈਪ ਆਉਣਾ ਹੈ ਕੁਇਜ਼ ਦੀ ਫੋਰਮ ਵਿੱਚ ਗੂਗਲ ਫੋਰਮ ਦੇ ਵਿੱਚ ਤੁਸੀਂ ਆਪਣੇ ਰਿਸਪੋਂਸ ਦੇਣੇ ਨੇ ਅਤੇ ਸਬਮਿਟ ਕਰਵਾਉਣਾ ਹੈ ਤੁਹਾਨੂੰ 25 ਤੋਂ 30 ਮਿੰਟ ਤੱਕ ਦੇ ਲਈ ਲਿੰਕ ਸ਼ੇਅਰ ਹੋਏਗਾ 30 ਮਿੰਟ ਤੋਂ ਬਾਅਦ ਜਾਂ 25 ਮਿੰਟ ਤੋਂ ਬਾਅਦ ਲਿੰਕ ਕਲੋਜ਼ ਹੋ ਜਾਣਾ 10 ਕੁਸ਼ਚਨਸ ਆਉਣੇ ਨੇ ਬਹੁ ਵਿਕਲਪੀ ਕਿਹਦੇ ਆਧਾਰ 'ਤੇ ਆਉਣੇ ਮੌਨ ਤਾਰੀਖ ਆਉਂਗੀ ਅਤੇ ਵਨ ਮੰਥ ਵਨ ਵਰਡ ਕੁਸ਼ਚਨਸ
और एमसीक्यू टाइप और तुहाडी रचना है जिहड़ी मां बोली जिहड़ी मैं पंजाबी पंजाब दा रहिण वाला जिहड़ी तुसीं रीड कीती है उहदे विचों एक दो क्वेश्चन हो सकदे है ते नाल तुहाडा टॉपिक कीता आपां विस्मिक ते ऑलरेडी क्रिया भी कीती सी संसर्गी क्रिया सहायक क्रिया मुख क्रिया उह आपां अगली क्लास विच रिवाइज भी करांगे। स्टार्ट करिए बेटे वार्तक लेख। सब बच्चे अपनी बुक ना रेडी ने? बी रेडी विद बुक साहित्य माला। वार्तक भाग दो भाग ने। कविता भाग विच आपां कविता पढ़ी सी मैं पंजाबी ते हुण आपां अज वार्तक लेख पढ़ना है मुड़ वेख्या पिंड। एक तो पहला आपां एक वार्तक लेख पढ़िया, कोई दस सकदा किहड़ा वार्तक लेख पढ़िया इस तो पहला? जगनूर अनम्यूट योरसेल्फ बेटे। बाकी बच्चे भी रिस्पोंस दिया करो ना, तीन चार बच्चे ही रिस्पोंस देंदे है। करण भी तो ऑलरेडी देंदा है बेटे, अच्छा रिस्पोंस होंदा है क्लास का। हाँ जी रियांशिका केड़ा वार्तक लेख पढ़िया सी बेटे? जगनूर ने मैम जन्मदिन। हाँ जी बच्चे जन्मदिन नहीं बेटे, वो तो जन्मदिन पर कहानी है, वो तो वर्गी बुक से पढ़ी है। गलत हो गया तुम्हारा आंसर। हाँ जी गलत हो गया बेटे आंसर। मैम वहमित आया। वहमित आया यस। केड़ा वार्तक लेख पढ़िया आपा? वहमित आया। वहमित आया लेख विच आपा पढ़िया सी के जिहड़ा ताया मनसा राम है उहनूं वहम चिमड़े हुए तरह तरह दे। यह वार्तक लेख आपा पढ़िया सी। हुण अज दा वार्तक लेख है साडा मुड़ वेख्या पिंड, जो कि बलराज सानी दी रचना है। पर वार्तक लेख पढ़न तो पहलां बलराज सानी दे जीवन बारे पढ़ना बहुत जरूरी है, क्योंकि वन मार्क क्वेश्चन जड़े ने ओह लेखक दे बारे भी आने हन। तुहाडा जिहड़ा पेपर है ना लिटरेचर दा ग्रामर दा, उहदे विचों कुछ एक पार्ट जड़े ने पीटी टू एग्जाम दे विच बहु विकल्पी आने। जिहड़ा तुहाडा पीटी वन दा एग्जाम सी ओह बहु विकल्पी नहीं सी, ओह वन मार्क क्वेश्चन सी। पर हुण जिहड़ा तुहाडी ग्रामर और लिटरेचर है बहु विकल्पी भी है कुछ एक पार्ट। हरेक पार्ट के विचों हरेक लैसन के विचों दो तीन क्वेश्चन तुहाडे बहु विकल्पी आने, इस करके ध्यान नाल समझना है चैप्टर नूं। उहदे अकॉर्डिंग तुसीं वन मार्क क्वेश्चन अंडरलाइन करने हन। अपने कोल पेन और पेंसिल अंडरलाइन कर ली रख लो बेटे। हुण आपां बलराज सानी दे बारे पहलां लेखक दे बारे पढ़ीए कि लेखक की कहिंदा। कौन रीडिंग करेगा बेटे? रेज योर हैंड्स। लेखक दे बारे कौन रीडिंग करेगा? यस बच्चे फर्स्ट ऑफ ऑल टर्न ऑन योर वीडियो बिफोर रीडिंग। प्राची, प्राची बेटे रीडिंग करोगे? बच्चे चारवी परमीत करेगा रीडिंग। परमीत, परमीत अनम्यूट योर सेल बेटे। सब बच्चों को बुक है बेटे? तुसी बच्चे क्लास रिस्पॉन्स बहुत घट देंगे। कौन करेगा रीडिंग बेटे? प्लीज रेज योर हैंड्स। तुसी नहीं करोगे फिर मैनू करनी पेगी रीडिंग। स्टार्ट करो फिर मैं तो नाल नाल समझावांगी बेटे। वार्तक लेख मुड़ वेख्या पिंड, वार्तक लेख का नाम है मुड़ वेख्या पिंड। एक बच्चे का हैंड रेज होया, वह भी प्रतीक्षा। ये तो बच्चे गलत गल है ना। बाकी बच्चे बेटे चारवी रीडिंग करोगे? बच्चे चारवी दिव्या, दिव्या यस मैम। हाँ जी बेटे चलो रीडिंग स्टार्ट करो। मुड़ वेख्या पिंड पहले बलराज सानी दे बारे दसो। बलराज सानी, हाँ जी बलराज सानी दा जन्म 1 मई 1913 ईस्वी विच श्री हरबंस लाल सानी ते माता श्रीमती लक्ष्मी देवी दे कर रावल पिंडी पाकिस्तान विखे होया। यस इत्थे पता लग गया कि उन्हां दी जन्म भूमि है रावल पिंडी पाकिस्तान। जन्म भूमि की है रावल पिंडी पाकिस्तान विच उन्हां दा जन्म होया सी। कदों होया जन्म? 1 मई 1913 जन्म होया बलराज सानी दा रावल पिंडी विखे। पिता दा नाम हरबंस लाल सानी ते माता दा नाम श्रीमती लक्ष्मी देवी। सानी उन्हां दे नाल लग्या, सानी उन्हां दी जिहड़ी बरादरी है कास्ट है, सरनेम लग्या सानी। यस
नेक्स्ट आपने आपने 1934 ईस्वी विच अंग्रेजी दी एमए कीती ते फिर अंग्रेजी दी पिता एमए पुरजी कीती है, कीती। मास्टर डिग्री किदे च कीती है? अंग्रेजी भाषा च। इसे करके तो उन्होंने अपनी रचनावां अंग्रेजी च लिखी हैं। पर जदों वो अपना आ गए अपनी, क्योंकि पुराना पंजाब दी राजधानी जिहड़ी सी वो लाहौर सी, है तो पंजाब ही गिणिया जांदा सी ना। फिर वंड हुई तो साडा एक पाकिस्तान बन गया, पछमी पंजाब साडा पाकिस्तान च चला गया। पर मात भाषा तो बलराज साहनी की कहड़ी हुई? पंजाबी। पर उन्हें अंग्रेजी च चलो एम ए की, उन्हें एक सब्जेक्ट को अहमियत दी, पर यदा मतलब ये नहीं सी कि वो अपनी मात भाषा को छड़ दें। यस। ते फिर पिता पुरखी कीती व्यापार कीता। पिता पुरखी कीता दा मतलब की हुंदा? कम जो घर घरदियां दा कम चलदा आ रहा सी, व्यापार। उन्हां दे घरदियां दा कम की सी? व्यापार करना। उन्होंने फिर व्यापार किया। यस। कुछ समा पत्रकारी कीती। पत्रकारी का मतलब की हुंदा? जिवें साडे पत्रकार ने ना थां थां ते जाके रिपोर्टर्स जिन्हां नूं कहने आ उन्हां नूं पत्रकार कहने आ। हां जी। 1938 ईस्वी तो 1940 ईस्वी तक शांति निकेतन विच हिंदी दे अध्यापक रहे। शांति निकेतन स्कूल सब नूं पता है कि रविंद्रनाथ टैगोर ने खोलिया सी अपनी जन्म भूमि ते बोलपुर दे नां दे स्थान ते, जो कि विश्व प्रसिद्ध स्कूल बनिया, सारियां दी सांझी तहजीब दा केंद्र, जिथे के किताबी पढ़ाई दे नाल नाल नैतिक कदरां कीमतां दी सिक्ख्या दित्ती जांदी सी, और बच्चियां ते बंदिश नहीं सी। जिहड़ियां क्लासां सी खास करके दरख्तां थले लगदियां सन, बच्चियां दे विचार आजाद सन बिल्कुल। जिथे सुभाग प्राप्त होया बलराज साहनी नूं हिंदी दे अध्यापक बनन दा। हिंदी दे अध्यापक कित्थे बने है? शांति निकेतन स्कूल विच। ताई तो उन्हां दी रविंद्रनाथ टैगोर नाल मुलाकात होई है। यस। 1940 ईस्वी तो 1944 ईस्वी तक बीबीसी लंदन विच अनाउंसर वजो काम कीता। फिर अनाउंसर बन गए एंकर। अनाउंसर बनना कितनी वड्डी सुभाग दी गल है, कि कितना कॉन्फिडेंस लेवल आंदा है कि असी लोकां दे सामने अनाउंस कर सकते हैं, कुछ विचार रख सकते हैं, एंकरिंग कर सकते हैं, इधर उधर दियां गल्लां अपने देश दियां अपने कल्चर दियां विषय नूं लैके, किसी भी पर्टिकुलर विषय नूं लैके एंकरिंग करनी, जिहदे नाल कि तुहाडे अंदर मुकाबले दी कॉन्फिडेंस दी भावना पैदा होंदी, तुहाडी नॉलेज अपडेट हुंदी है, तुसी अलग अलग एक्टिविटीज गतिविधियां विच भाग लै सकदे हो। और ये बलराज साहनी दे हिस्से आया है कि बलराज साहनी अजिही टैलेंटेड परसनैलिटी हुई है, ऑलराउंडर परसनैलिटी, सिर्फ एक राइटर ही नहीं है, पढ़िया लिखा सी, एम ए की इंग्लिश की, हिंदी के अध्यापक लगे। देखो तुसी इतफाक देखो, माँ बोली उहदी पंजाबी है, इंग्लिश च उन्हें मास्टरी की है, और हिंदी के अध्यापक लगे। तीनों लैंग्वेज तो परफेक्ट हो गए, तीनों लैंग्वेज की परफेक्शन आ गई ना उन्होंने अंदर। यह होंगे कि अपनी माँ बोली नूं प्यार करो, दूजिया भाषावान भी सीखो। ये बलराज साहनी साढ़े लिए एक इंस्पायर करने वाली सानू परसनैलिटी हुई है, शख्सियत हुई है, और फिल्म इंडस्ट्री विच इहदा नाम ही बड़ा चमकिया, बहुत सारिया फिल्मां कीतियां इन्होंने, स्क्रिप्ट राइटर भी एक्टर भी। तुसीं बलराज साहनी की मूवी देखियो, अज गूगल से सर्च करो कि सारिया मूवीज आ जाणियां जिन्होंने उन्होंने हीरो का रोल भी किया। यस बेटे। मुख किता एक्टिंग रहा उन्हां दिया याद उन्हां दा मुख किता जिदे विच उन्हां दा रुझान सी एक्टिंग, एक्टिंग सी मुख किता। ए वन मार क्वेश्चन आ सकता है, एक्टर होए ने हो, एक्टिंग किसे किसे नूं ही करनी आ सकती है। हुण आपां रोल प्ले करदे हां, आपां नाटक खेडदे हां, कोई कोई बच्चे ही है जिहड़े के डायलॉग डिलीवरी अच्छी तरह दे सकदे है, कि विद एक्सप्रैशन, ये नहीं है कि वर्ड बोलने ही है, रीडिंग ही करनी है, नहीं नहीं नाल नाल फेस एक्सप्रेशन, तुहाडी बॉडी लैंग्वेज कम आनी जरूरी है। बॉडी लैंग्वेज तुहाडी इदां दी होनी चाहिए जिहदे नाल तुहाडे सारे अंदरलियां फीलिंग्स है एक्सप्रेस होण, और एक्टिंग उन्हां दा मुख किता रहा बलराज साहनी दा। वन मार क्वेश्चन नोट कर लो। यस बेटे। उन्हां दीआं यादगार फिल्मां काबलीवाला, दो बीघा जमीन, हम लोग, हीरा मोती, पवित्र पापी आदि हन। ये नोट करो, उन्हां दीआं प्रसिद्ध मूवीज जिहड़ियां बनाईआं उन्होंने, जिहड़ियां उन्हां दीआं रहीआं ने यादगारी मूवीज, जिन्हां विचों काबलीवाला, दो बीघे जमीन, हम लोग, हीरा मोती ते लास्ट आणी पवित्र पापी, तां सब तों प्रसिद्ध फिल्म हुई है उन्हां दी। हाँ जी, प्रमुख रचनावां उन्हां दीआं हुई हैं। हाँ जी।
ਪੰਜਾਬੀ ਵਿੱਚ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਆਹੀ ਮੇਰਾ ਆ ਮੇਰਾ ਰੂਸ। ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਹੀ ਤਾਂ ਲਿਆ ਗਿਆ, ਮੈਂ ਮੁੜ ਵੇਖਿਆ ਪਿੰਡ, ਮੇਰਾ ਪਾਕਿਸਤਾਨੀ ਸਫ਼ਰਨਾਮਾ ਪਹਿਲਾਂ ਟਾਈਟਲ ਹੀ ਇਹ ਸੀਗਾ, ਇਹ ਰਚਨਾ ਦਾ ਵੀ ਟਾਈਟਲ ਇਹੀ ਸੀ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਬਾਅਦ ਚ ਟਾਈਟਲ ਚੇਂਜ ਹੋਇਆ। ਯੈਸ ਬੇਟੇ, ਮੇਰਾ ਰੂਸੀ ਸਫ਼ਰਨਾਮਾ, ਮੇਰਾ ਰੂਸੀ ਗੈਰ ਸਫ਼ਰਨਾਮਾ, ਰੂਸ ਦੀ ਵੀ ਸੈਰ ਕੀਤੀ, ਰੂਸ ਦੀ ਵੀ ਯਾਤਰਾ ਤੇ ਗਏ ਨੇ। ਹਾਂਜੀ, ਗੈਰ ਜਬਰਨ ਡਾਇਰੀ, ਮੇਰੀ ਮੇਰੀ ਫਿਲਮੀ ਆਰਟ। ਜਜ਼ਬਾਤੀ ਡਾਇਰੀ। ਜਜ਼ਬਾਤੀ ਦਾ ਮਤਲਬ ਕੀ ਹੁੰਦਾ ਹੈ? ਜਿਹਦੇ ਵਿੱਚ ਸਾਰੀਆਂ ਯਾਦਾਂ ਲਿਖੀਆਂ ਹੋਈਆਂ, ਮੇਰੀ ਜਜ਼ਬਾਤੀ ਡਾਇਰੀ, ਉਹਨਾਂ ਦੀ ਲਿਖਤ ਰਚਨਾ, ਭਾਵੁਕ, ਜਿਹਦੇ ਵਿੱਚ ਉਹਨਾਂ ਨੇ ਆਪਣੀਆਂ ਫੀਲਿੰਗਸ, ਆਪਣੀਆਂ ਜੁੜੀਆਂ ਹੋਈਆਂ ਯਾਦਾਂ, ਆਪਣੀਆਂ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਬਿਆਨ ਕੀਤਾ। ਯੈਸ ਬੇਟੇ, ਮੇਰੀ ਫਿਲਮੀ ਆਤਮਾ ਕਥਾ ਆਦਿ ਹਨ। ਹਾਂਜੀ, ਮੇਰੀ ਫਿਲਮੀ ਆਜ਼ਾਦੀ ਆਤਮਾ ਕਥਾ, ਆਪਣੀ ਜਿਹੜੀ ਇੱਕ ਤਾਂ ਹੁੰਦੀ ਬਾਇਓਗ੍ਰਾਫੀ, ਇੱਕ ਆਟੋਬਾਇਓਗ੍ਰਾਫੀ ਹੁੰਦੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੀ ਜੀਵਨ ਕਥਾ ਬਿਆਨ ਕੀਤੀ ਹੈ। ਯੈਸ, ਆਜ਼ਾਦੀ ਤੋਂ ਲਗਭਗ 2 ਦਹਾਕਾ ਪਿੱਛੋਂ ਉਹਨਾਂ ਨੇ ਆਪਣੀ ਜਨਮ ਭੂਮੀ ਦੇ ਮੂੰਹ ਵਸ ਪਾਕਿਸਤਾਨ ਦੀ ਯਾਤਰਾ ਕੀਤੀ। ਯੈਸ, ਦਹਾਕੇ ਮੀਨਸ ਇੱਕ ਦਹਾਕੇ ਵਿੱਚ 10 ਸਾਲ, 2 ਦਹਾਕਿਆਂ ਤੋਂ ਬਾਅਦ, 2 ਦਹਾਕੇ ਤੋਂ ਬਾਅਦ ਮੀਨਸ ਆਜ਼ਾਦੀ ਦੇ 2 ਦਹਾਕਿਆਂ ਤੋਂ ਬਾਅਦ, 10-20 ਸਾਲਾਂ ਤੋਂ ਬਾਅਦ ਉਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲਿਆ। ਮੋਹ ਵਸ ਦਾ ਮਤਲਬ ਕੀ ਹੈ, ਕੋਈ ਦੱਸ ਸਕਦਾ? ਮੋਹ ਵਸ, ਮੋਹ ਮੀਨਸ ਉਹਨਾਂ ਦਾ ਮੋਹ, ਜਨਮ ਭੂਮੀ ਦਾ ਮੋਹ ਉਹਨਾਂ ਨੂੰ ਖਿੱਚ ਲਿਆ ਆ, ਉਹਨਾਂ ਦੇ ਅੰਦਰ ਮੋਹ ਜਾਗਿਆ ਜਨਮ ਭੂਮੀ ਦੇ ਲਈ। ਮੋਹ ਮੀਨਸ ਪਿਆਰ, ਮੋਹ ਵਸ ਮੀਨਸ ਪਿਆਰ ਦੇ ਵਸ ਹੋ ਕੇ ਆਪਣੀ ਜਨਮ ਭੂਮੀ ਵੱਲ ਰਵਾਨਾ ਹੋਏ, ਜਿਹੜੀਆਂ ਯਾਦਾਂ ਨੂੰ ਉਹਨਾਂ ਨੇ ਫਿਰ ਆਪਣੀ ਰਚਨਾ ਵਿੱਚ ਬਿਆਨ ਕੀਤਾ। ਮੇਰਾ ਪਾਕਿਸਤਾਨੀ ਸਫ਼ਰਨਾਮਾ ਉਹਨਾਂ ਦਾ ਟਾਈਟਲ ਰਿਹਾ, ਉਹਦੇ ਵਿੱਚੋਂ ਰਚਨਾ ਉਹਨੇ ਪਰਟੀਕੁਲਰ ਜਿਹੜੀ ਆਪਾਂ ਪੜ੍ਹਨੀ ਹੈ, ਮੁੜ ਵੇਖਿਆ ਪਿੰਡ, ਪਿੰਡ ਵੇਖਿਆ ਤੇ ਉਹਨੂੰ ਕੀ ਕੁਝ ਯਾਦ ਆ ਗਿਆ, ਉਹਨਾਂ ਯਾਦਾਂ ਨੂੰ ਇਸ ਲੇਖ ਵਿੱਚ ਆਪਾਂ ਪੜ੍ਹਨਾ ਹੈ। ਯੈਸ ਬੇਟੇ, 13 ਅਪ੍ਰੈਲ 1973 ਈਸਵੀ ਵਿੱਚ ਆਪ ਦਾ ਦੇਹਾਂਤ ਹੋ ਗਿਆ। ਜਦੋਂ ਉਹਨੇ ਸੈਰ ਕਰ ਲਈ, ਆਪਣੀ ਜਨਮ ਭੂਮੀ ਦੇਖ ਲਈ, ਉਸ ਤੋਂ ਬਾਅਦ ਉਸ ਦਾ ਦੇਹਾਂਤ ਹੋਇਆ। 1913 ਚ ਜਨਮ ਹੋਇਆ ਸੀ, 1973 ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ, ਮੀਨ 60 ਸਾਲ ਦੇ ਕਰੀਬ। ਹਾਂਜੀ, ਮੁੜ ਵੇਖਿਆ ਪਿੰਡ ਵਾਰਤਕ ਦਾ ਨਮੂਨਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਲਿਆ ਗਿਆ ਹੈ। ਹੁਣ 1 ਮਾਰਕ ਕੁਐਸਚਨ ਨੋਟ ਕਰੋ, ਮੁੜ ਵੇਖਿਆ ਪਿੰਡ ਕਿਹੜੀ ਉਹਨਾਂ ਦਾ ਸੰਗ੍ਰਹਿ ਹੈ, ਵਾਰਤਕ ਸੰਗ੍ਰਹਿ, ਜਿਹਦੇ ਵਿੱਚੋਂ ਲਿਆ ਗਿਆ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਇਹ ਵਾਰਤਕ ਲੇਖ ਲਿਆ ਗਿਆ ਹੈ। ਆਪ ਦੀ ਸਫ਼ਰਨਾਮਾ ਵਾਰਤਕ ਬੜੀ ਸਲਾਹੀ ਗਈ ਵੀ, ਬੜੇ ਸਾਰਿਆਂ ਨੇ ਪ੍ਰਸ਼ੰਸਾ ਕੀਤੀ ਕਿ ਅਜਿਹੇ ਜਜ਼ਬਾਤ ਪ੍ਰਗਟ ਕੀਤੇ ਇਹਨਾਂ ਨੇ ਇਸ ਵਿੱਚ, ਆਪਣੀਆਂ ਸਾਰੀਆਂ ਯਾਦਾਂ ਨੂੰ ਸਾਡੇ ਸਾਹਮਣੇ ਇੱਦਾਂ ਰੱਖ ਦਿੱਤਾ, ਇੱਦਾਂ ਵਿਅਕਤ ਕੀਤਾ ਕਿ ਜਿਵੇਂ ਸਾਡੀਆਂ ਅੱਖਾਂ ਸਾਹਮਣੇ ਸਭ ਕੁਝ ਵਾਪਰ ਰਿਹਾ। ਜਦੋਂ ਆਪਾਂ ਹੁਣ ਵਾਰਤਕ ਲੇਖ ਪੜ੍ਹਨਾ ਨਾ, ਸਾਨੂੰ ਇੱਦਾਂ ਦੀ ਫੀਲਿੰਗ ਆਣੀ ਕਿ ਸੱਚੀ ਸਾਡੇ ਸਾਹਮਣੇ ਸਭ ਕੁਝ ਵਾਪਰ ਰਿਹਾ, ਉਹਦੇ ਇੱਦਾਂ ਦੇ ਇਮੋਸ਼ਨਸ ਨੇ, ਇੱਦਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ। ਕਿੰਨੇ ਬਲਰਾਜ ਸਾਨੀ ਨੇ, ਇਹ ਨਾਮ ਤੁਹਾਡਾ ਭੁੱਲਣ ਵਾਲਾ ਤਾਂ ਹੈ ਨਹੀਂ ਵਾਰਤਕ ਲੇਖ ਦਾ, ਬਲਰਾਜ ਸਾਨੀ ਕਿਹੜਾ ਲੇਖ ਲਿਖਿਆ, ਮੁੜ ਵੇਖਿਆ ਪਿੰਡ। ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਪੰਜਾਬੀ ਸਤਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸਾਹਿਤ ਪੁਰਸਕਾਰ ਮਿਲਿਆ ਭਾਸ਼ਾ ਵਿਭਾਗ ਪੰਜਾਬ ਵੱਲੋਂ, ਪਟਿਆਲਾ ਵਿਖੇ ਭਾਸ਼ਾ ਵਿਭਾਗ ਪੰਜਾਬ ਹੈ, ਜਿਨ੍ਹਾਂ ਦੀਆਂ ਕਿਰਤਾਂ, ਜਿਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਬਹੁਤ ਹੀ ਸਲਾਹੀਆਂ ਜਾਂਦੀਆਂ ਹਨ, ਉਹਨਾਂ ਨੂੰ ਸਾਹਿਤ ਅਕਾਦਮੀ ਵੱਲੋਂ ਭਾਸ਼ਾ ਵਿਭਾਗ ਦੇ ਵੱਲੋਂ ਪੁਰਸਕਾਰ ਦਿੱਤੇ ਜਾਂਦੇ ਹਨ। ਅਜਿਹਾ ਸੁਭਾਗ ਹੀ ਬਲਰਾਜ ਸਾਹਨੀ ਦੇ ਹਿੱਸੇ ਆਇਆ ਕਿ ਉਹਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਦਿੱਤਾ ਗਿਆ। ਚਲੋ ਹੁਣ ਆਪਾਂ ਰੀਡਿੰਗ ਕਰੀਏ, ਮੁੜ ਵੇਖਿਆ ਪਿੰਡ। ਸਮਾਂ ਹੈ 16 ਅਕਤੂਬਰ 1962 ਦਾ, ਇਹਦਾ ਮਤਲਬ 40 ਸਾਲਾਂ ਬਾਅਦ ਉਹ ਆਪਣੇ ਪਿੰਡ ਜਾ ਰਿਹਾ ਹੈ, ਇਹਦਾ ਮਤਲਬ ਉਹਨੇ ਜਨਮ ਭੂਮੀ ਪਹਿਲਾਂ ਹੀ ਛੱਡ ਦਿੱਤੀ ਸੀ, ਦੇਸ਼ ਦੀ ਵੰਡ ਤੋਂ ਪਹਿਲਾਂ ਹੀ। ਦੇਸ਼ ਦੀ ਵੰਡ ਸਮੇਂ ਉਹਨਾਂ ਦਾ ਪਰਿਵਾਰ ਇੱਥੇ ਆ ਗਿਆ, ਫਿਰ ਉਹਨੂੰ ਮੌਕਾ ਮਿਲਿਆ 40 ਸਾਲਾਂ ਬਾਅਦ ਆਪਣਾ ਭੇਰਾ ਪਿੰਡ ਦੇਖਣ ਦਾ। ਭੇਰਾ ਪਿੰਡ ਉਸਦੀ ਜਨਮ ਭੂਮੀ ਹੈ। ਕੌਣ ਕਰੇਗਾ ਰੀਡਿੰਗ ਬੇਟੇ ਹੁਣ? ਹਾਂਜੀ, ਯੈਸ ਬੇਟੇ, ਤੁਹਾਡੇ ਚੋਂ ਰੀਡਿੰਗ ਕਰੇਗਾ ਕੋਈ ਕਿ ਮੈਨੂੰ ਕਰਨੀ ਪਏਗੀ ਰੀਡਿੰਗ? ਯੈਸ ਬੱਚੇ ਬੋਲੋ। ਦਿਵਿਆ ਨੇ ਬਹੁਤ ਅੱਛੀ ਰੀਡਿੰਗ ਕੀਤੀ, ਲੇਖਕ ਦੇ ਬਾਰੇ ਦੱਸਿਆ ਸਾਨੂੰ, ਬਲਰਾਜ ਸਾਹਨੀ ਦੇ ਬਾਰੇ। ਹਾਂਜੀ, ਪ੍ਰਤੀਕਸ਼ਾ, ਬਸ ਇਹੀ 2-3 ਬੱਚੇ ਆ ਜਿਹੜੇ ਕਿ
पार्टिसिपेशन देंगे क्लास की, बाकी बच्चे की कोई पार्टिसिपेशन ना देख लो, फिर वो अकॉर्डिंग ही तुम्हें असैसमेंट के मार्क्स मिलने। अज गुरप्रीत सिंह जी भी प्रेजेंट है पर अजे भी 32 बच्चे प्रेजेंट है इनकलूडिंग मी, मीन्स अजे भी थोड़े बच्चे 15 बच्चे एबसेंट है देख लो थोड़ी क्लास, हम सोच लो बेटे तुसी। मैम मैं रीडिंग, हाँ जी बेटे रीडिंग करो, मुड़ वेख्या पिंड 16 अक्टूबर 1962 विच सवेरे उठत्या सार पहला थाने रिपोर्टर लिखाई, फिर बसा दे अड्डे थाने रिपोर्ट लिखाई, हाँ जी थाने रिपोर्ट लगाई लिखाई, फिर बसा दे अड्डे उत्ते जा पुजे। पासपोर्ट बनाना पैंदा है, परमिशन लैनी पैंदी है, पर हुण उदों इक अजिहा समां आया 1962 विच जदों कि बस राही वो अपना पेरा पिंड देखण लई चल पिया। यस बेटे पेरा भी 70 मील दे पिंडा सी, सिकंदर लाल सी, सगो दो होर मित्र भी तैयार हो पए सन। बेटे टर्न ऑन योर वीडियो, वीडियो टर्न करो अपनी, वीडियो ऑन करो फिर रीडिंग करो। यस मैम, हां जी उना दे साथ सिकंदर लाल सी, सगो दो होर मित्र भी नाल जान ले तैयार हो पाए। ओदे नाल कल्ला नहीं गया, ओदे नाल उसे दो तीन मित्र गए ने, ओ बाकी मित्रां दे नाम भी अगे जाके पढ़ांगे। एक मित्र दा नाम है सिकंदर, भी उहनां दे नाल सी। पेरा पिंड इत्थों 60-70 मील दा पेंडा सीगा जदों जिहड़ी बस अड्डे ते पुज्जे है। बस अड्डे किहड़े ते पुज्जे है? भुल्लोवाल दे अड्डे ते, अगे नाम आएगा भुल्लोवाल दे अड्डे ते पुज्जे। यस उस वेले मैं उहनां दे साथ दा मूल ना पिया, मुल ना पाया, कहिंदा मैनूं कोई फर्क नहीं पिया कि उह मेरे नाल चल रहे है, मैनूं इह नहीं लग्गिया कि हाँ मेरे नाल चल रहे है, तां मेरा सफर है बड़ा अच्छा पास होएगा ते मैं उहनां दे नाल छेती अपना घर लभ लांगा अपनी जन्मभूमि। कहिंदा पहलां मैं उहनां दी कोई कदर ही नहीं पाई, उह तां बाद विच जदों उहनां दे नाल मैं निकलिया, जदों मेरे जदों भेरे पिंड पहुंच के तां मैं बुंदला गया कि मैं किधर नूं जावां, फिर उहनां ने मैनूं हौसला दित्ता, फिर मैनूं पता लगा कि दोस्ती भी जिहड़ी है औखे वेले जदों कम आउंदी है तां क्या रंग लियांदी है। Yes, बेटे मेरे ऊपर पेरे जाके जज्बियां दा तूफान टूटना सी। जज्बियां दा वेले मैं जज्बे में सी इमोशन, बड़ा इमोशनल हो गया, भावुक हो गया जदों पेरे पिंड पहुंचे। पेरा उसकी जन्म भूमि है। वन मोर क्वेश्चन, हां जी उस वेले मैनू नहीं सी पता, उस वेले पेरा मैनू सौखी जिही मुहिल जापिया सी, बस पेरे विच नटदी जा रही सी, पर मैनू विश्वास नहीं सी आंदा की सचमुच मैं थोड़े चिर अंदर पेरे पुज जावांगा। पिछली बारी जदो पेरा वेख्या 40 साल पुरानी गल है, कहना 40 साल ऐसे मैनू अपनी जन्मभूमि छड्या, 40 साल बाद उन्हों मौका मिलिया, सुनहरी मौका जिसनों वो गुआना नहीं चाहता। वन मार्क क्वेश्चन नोट करो, 40 साल हो गए सी अपनी जन्मभूमि नूं छड्डियां। यस ओदो उम्र होवेगी समा 8-9 साल दी, 8-9 साल पेरा निकला 8-9 साल दा सी जदों उसने पेरा पिंड नूं छड्ड दिता सी अपनी पढ़ाई लिखाई लई अगों अपनी जिंदगी च अगे वधण दे लई। हाँ नो डाउट कि उन्हां दे पेरेंट्स है जिहड़े बलराज सानी दे, देश की वंड समय अपना इधर आए है, देश की वंड समय उन्होंने अपना जड़ी है पाकिस्तान तो इधर आना पे। हाँ जी पेरा पेरा निका जिहा शहर सी, ओदी गली गली च चप्पे चप्पे दियां दौड़ां मार छड़ दियां मार छड़ दियां। भाव की है कि उन्होंने सारा कुछ याद आ रहा है, जदों अपने बस विच जा रहा है तो ओदी इमेजिनेशन च कल्पना विच अपना पेरे पिंड का बचपन याद आ रहा कि वह किदा उत्ते दड़ंगे मारते सन। छोटा जिहा शहर सी पेरा पिंड, वह छाला मारते नचते टपते चप्पे चप्पे ते दौड़ा करते सन।
ਇਹ ਉਹਨੂੰ ਯਾਦ ਆ ਰਿਹਾ ਹਰ ਨਿੱਕੀ ਗੱਲ ਉਹਨੂੰ ਯਾਦ ਆਏਗੀ ਉੱਥੇ ਬਿਤਾਈ ਹੋਈ ਹਰ ਇੱਕ ਪਲ ਉਹਨੂੰ ਯਾਦ ਆਉਣਾ ਜਦ ਤੱਕ ਉਹਨੇ ਪਹੁੰਚ ਨਹੀਂ ਜਾਣਾ ਬੱਸ ਵਿੱਚ ਬੈਠੇ ਬੈਠੇ ਯੈਸ ਬੇਟੇ ਖੁਖਰਾਨ ਬਰਾਦਰੀ ਵਾਲਿਆਂ ਨੇ ਆਪਣੇ ਅਲੱਗ ਅਲੱਗ ਮਹੋਲੇ ਸਨ ਸਾਨੀਆ ਦਾ ਮਹੋਲਾ ਬਰਾਦਰੀ ਦਾ ਨਾਮ ਹੈ ਕਾਸਟ ਹੈ ਇੱਕ ਬਰਾਦਰੀ ਦਾ ਨਾਮ ਹੈ ਕਿ ਖੁਖਰਾਨ ਬਰਾਦਰੀ ਵਾਲਿਆਂ ਦੇ ਉੱਥੇ ਆਪਣੇ ਅਲੱਗ ਅਲੱਗ ਮਹੱਲੇ ਸਨ ਸਾਨੀਆ ਦਾ ਮਹੋਲਾ ਆਨੰਦਾ ਦਾ ਮਹੋਲਾ ਪੋਲੀਆਂ ਦਾ ਆਦਿ ਪਤਾ ਨਹੀਂ ਇਹ ਨਾਮ ਨੇ ਬੇਟੇ ਅੰਡਰਲਾਈਨ ਕਰੋ ਸਾਨੀਆ ਦਾ ਮਹੱਲਾ ਜਿਨ੍ਹਾਂ ਵਿੱਚ ਬਲਰਾਜ ਸਾਨੀ ਦਾ ਘਰ ਵੀ ਸੀਗਾ ਬਲਰਾਜ ਸਾਨੀ ਦੀ ਵੀ ਜਿਹੜੀ ਜਨਮ ਭੂਮੀ ਰਹੀ ਹੈ ਕਿਉਂਕਿ ਬਲਰਾਜ ਸਾਨੀ ਸਾਨੀ ਨਾਂ ਲੱਗਿਆ ਹੈ ਸਰਨੇਮ ਆਨੰਦਾ ਦਾ ਮਹੱਲਾ ਕੋਲੀਆਂ ਦਾ ਮਹੱਲਾ ਪਤਾ ਨੀ ਇਹ ਮੁਹੱਲੇ ਕਦੋਂ ਤੇ ਕਿਸ ਤਰ੍ਹਾਂ ਬਣੇ ਹਰ ਮੁਹੱਲੇ ਆਪਣਾ ਦਰਵਾਜ਼ਾ ਹੁੰਦਾ ਸੀ ਐਂਟਰੀ ਕਰਨ ਲਈ ਆਪਣਾ ਦਰਵਾਜ਼ਾ ਰੱਖਿਆ ਹੋਇਆ ਸੀ ਹਰ ਮੁਹੱਲੇ ਦੇ ਵਿੱਚ ਨੈਕਸਟ ਮੈਂ ਹੁਣ ਬੱਚੇ ਰੀਡਿੰਗ ਕਰਦੀ ਹਾਂ ਮੇਰੇ ਤਾਈ ਜੀ ਮੁਹੱਲੇ ਦੀਆਂ ਕੁੱਝ ਸਾਥਣਾਂ ਨਾਲ ਸਵੇਰੇ ਮੂੰਹ ਹਨੇਰੇ ਜ਼ੇਲਮ ਦਰਿਆ ਇਸ਼ਨਾਨ ਕਰਨ ਜਾਂਦੇ ਸਨ ਦੇਖੋ ਪੰਜਾਂ ਦਰਿਆਵਾਂ ਦੀ ਧਰਤੀ ਹੋਈ ਹੈ ਪੁਰਾਣੇ ਪੰਜਾਬ ਦੀ ਧਰਤੀ ਜਿਹਦੇ ਵਿੱਚੋਂ 2.5 ਦਰਿਆ ਸਾਡੇ ਹਿੱਸੇ ਆਏ ਨੇ 2.5 ਪਾਕਿਸਤਾਨ 'ਚ ਚਲੇ ਗਏ ਜਿਨ੍ਹਾਂ ਵਿੱਚੋਂ ਅਟਕ ਦਰਿਆ ਜ਼ੇਲਮ ਦਰਿਆ ਤੇ ਅੱਧਾ ਰਾਵੀ ਉੱਧਰ ਚਲਾ ਗਿਆ ਤੇ ਸਾਡੇ ਹਿੱਸੇ ਆਇਆ ਸਤਲੁਜ ਦਰਿਆ ਬਿਆਸ ਤੇ ਅੱਧਾ ਰਾਵੀ ਕਹਿੰਦਾ ਇੱਕ ਸਮਾਂ ਸੀ ਜਦੋਂ ਸਾਡੇ ਤਾਈ ਜੀ ਜੁਆਇੰਟ ਫੈਮਿਲੀ 'ਚ ਰਹਿੰਦੇ ਸਨ ਪਿੰਡਾਂ ਵਿੱਚ ਤਾਂ ਲੋਕ ਰਹਿੰਦੇ ਹੀ ਇਕੱਠੇ ਨੇ ਤਾਈ ਜੀ ਆਪਣੀਆਂ ਸਾਥਣਾਂ ਦੇ ਨਾਲ ਜ਼ੇਲਮ ਦਰਿਆ ਇਸ਼ਨਾਨ ਕਰਨ ਜਾਂਦੇ ਸਨ ਤੇ ਮੇਰਾ ਛੋਟਾ ਭਰਾ ਭਿਸ਼ਮ ਵੀ ਨਾਲ ਤੁਰ ਪੈਂਦਾ ਸੀ ਇੱਜ਼ਤ ਕਰਕੇ ਭਿਸ਼ਮ ਅੰਡਰਲਾਈਨ ਕਰੋ ਬਲਰਾਜ ਸਾਨੀ ਦੇ ਛੋਟੇ ਭਰਾ ਦਾ ਕੀ ਨਾਮ ਸੀ ਭਿਸ਼ਮ ਪਹਿਲਾ ਪੜਾ ਪਹਿਲਾਂ ਕਿੱਥੇ ਰੁਕਦੇ ਸਨ ਇਹ ਹੁਣ ਜਗ੍ਹਾ ਦੇ ਨਾਮ ਆਏ ਨੇ ਚਿੜੀ ਚੌਕ ਦੂਜਾ ਘੜੀ ਪਨ ਅਤੇ ਤੀਜਾ ਔਖਾ ਪਿੰਡਾ ਦਰਿਆ ਤੀਕ ਦਾ ਇਹ ਪਿੰਡੇ ਤੈਅ ਕਰਕੇ ਉਹ ਜ਼ੇਲਮ ਦਰਿਆ ਜਾਂਦੇ ਸਨ ਕੌਣ ਤਾਈ ਜੀ ਪਹਿਲਾ ਪੜਾ ਕਿਹੜਾ ਸੀ ਚਿੜੀ ਚੌਕ ਦੂਜਾ ਪੜਾ ਕਿਹੜਾ ਹੈ ਘੜੀ ਪਨ ਤੀਸਰਾ ਪੜਾ ਕਿਹੜਾ ਹੈ ਦਰਿਆ ਦਾ ਔਖਾ ਪਿੰਡਾ ਤੈਅ ਕਰਕੇ ਪਿੰਡਾ ਮੀਨਸ ਰਸਤਾ ਪਿੰਡਾਂ ਦਾ ਕੀ ਮਤਲਬ ਹੈ ਬੇਟੇ ਰਸਤਾ ਤੈਅ ਕਰਕੇ ਉਹ ਕਿੱਥੇ ਜਾਂਦੇ ਸਨ ਜ਼ੇਲਮ ਦਰਿਆ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਯੈਸ ਬੇਟੇ ਜੋ ਘੜੀ ਮੁੜੀ ਛੱਡ ਕੇ ਕਦੇ ਨੇੜੇ ਤੇ ਕਦੇ ਦੂਰ ਚਲੇ ਜਾਂਦਾ ਸੀ ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਹੁੰਦਾ ਸੀ ਚਿੜੀ ਚੌਕ ਦੇ ਨੇੜੇ ਕੀ ਲੱਗਦਾ ਸੀ ਅਨੋਖਾ ਮੇਲਾ ਦੇਖੋ ਇਹ ਬੱਚੇ ਆਪਾਂ ਰੀਡਿੰਗ ਕਰ ਰਹੇ ਹਾਂ ਨਾ ਕਿੰਨੇ ਬੱਚੇ ਲੈਫਟ ਹੋ ਗਏ ਇਹਨਾਂ ਬੱਚਿਆਂ ਦੀ ਅੱਜ ਐਬਸੈਂਟ ਮਾਰਕ ਮਿਲਦੀ ਮੈਂ ਇਹਨਾਂ ਨੂੰ ਬੱਚੇ ਪ੍ਰੈਜੈਂਟ ਮਾਰਕ ਨਹੀਂ ਕਰਾਂਗੀ ਜਿਹੜੇ ਬੱਚੇ ਇਨ ਬਿਟਵੀਨ ਕਲਾਸ ਨੂੰ ਲੈਫਟ ਕਰ ਗਏ ਆ ਯੈਸ ਬੱਚੇ ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਸੀ ਸਾਰੇ ਸ਼ਹਿਰ ਦੀਆਂ ਕੁੜੀਆਂ ਚਿੜੀਆਂ ਇੱਥੇ ਇਕੱਤਰ ਹੁੰਦੀਆਂ ਕਿੱਥੇ ਕੁੜੀਆਂ ਚਿੜੀਆਂ ਇਕੱਤਰ ਹੁੰਦੀਆਂ ਸਨ ਵਨ ਮਾ ਕੁਸ਼ਚਨ ਚਿੜੀ ਚੌਕ ਦੇ ਨੇੜੇ ਕਿਉਂ ਹੁੰਦੀਆਂ ਸਨ ਕਿਉਂਕਿ ਉੱਥੇ ਅਨੋਖਾ ਮੇਲਾ ਲੱਗਦਾ ਸੀ ਕਦੇ ਕਦੇ ਰਾਤੀ ਸਾਡੇ ਹੇਠਲੇ ਸੂਫੇ ਵਿੱਚ ਸੂਫਾ ਹੁੰਦਾ ਡਿਓੜੀ ਹੁਣ ਜਿਵੇਂ ਸਾਡੇ ਨਵੇਂ ਮਕਾਨ ਬਣੇ ਨੇ ਉਹਨਾਂ ਵਿੱਚ ਤਾਂ ਆਪਾਂ ਕਹਿੰਦੇ ਹਾਂ ਪੋਰਚ ਠੀਕ ਹੈ ਕੋਠੀ ਵਿੱਚ ਐਂਟਰ ਕਰਦੇ ਹਾਂ ਪਰ ਪੁਰਾਣੇ ਮੁਹੱਲਿਆਂ ਵਿੱਚ ਘਰ ਦੇਖੋ ਤਾਂ ਸਭ ਤੋਂ ਪਹਿਲਾਂ ਡਿਓੜੀ ਆਉਂਦੀ ਹੈ ਜਿੱਥੇ ਲੋਕ ਆਪਣੇ ਸਕੂਟਰ ਸਾਈਕਲ ਰੱਖਦੇ ਨੇ ਫਿਰ ਖੁੱਲਾ ਵਿਹੜਾ ਆਉਂਦਾ ਫਿਰ ਕੋਰੀਡੋਰ ਜਿਹਨਾਂ ਨੂੰ ਵਰਾਂਡਾ ਕਹਿੰਦੇ ਆ ਫਿਰ ਕਮਰੇ ਆਉਂਦੇ ਆ ਇਹ ਪੁਰਾਣੇ ਮਕਾਨਾਂ ਦਾ ਨਕਸ਼ਾ ਅਜਿਹਾ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਡਿਓੜੀ ਡਿਓੜੀ ਤੋਂ ਹੀ ਕਹਿੰਦੇ ਘਰ ਦੇ ਭਾਗ ਨਜ਼ਰ ਆ ਜਾਂਦੇ ਕਿ ਘਰ ਦੇ ਅੰਦਰ ਸਾਰੇ ਕਿੰਨੇ ਪਿਆਰ ਨਾਲ ਰਹਿੰਦੇ ਆ ਡਿਓੜੀ ਮੀਨਸ ਐਂਟਰੈਂਸ ਦਹਿਲੀਜ਼ ਕਹਿੰਦਾ ਹੇਠਲੇ ਸੂਫੇ ਵਿੱਚ ਤਰਿੰਜਨ ਲੱਗਦਾ ਸੀ ਤਰਿੰਜਨ ਹੁੰਦਾ ਜਿੱਥੇ ਔਰਤਾਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਹਨ ਬਹੁਤੇ ਸ਼ਬਦਾਂ ਤਾਂ ਇੱਕ ਸ਼ਬਦ ਆਪਾਂ ਆਲਰੇਡੀ ਇਹ ਸ਼ਬਦ ਪੜਿਆ ਹੋਇਆ ਕੁੜੀਆਂ ਦੇ ਚਰਖਾ ਕੱਤਣ ਦੀ ਥਾਂ ਤਰਿੰਜਨ ਤੇ ਕਹਿੰਦਾ ਜਿੱਥੇ ਤਰਿੰਜਨ ਲੱਗਦਾ ਸੀ ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸਹਿਤ ਮਾਤਾ ਜੀ ਦੀ ਚਤੁਰ ਪ੍ਰਧਾਨਗੀ ਹੇਠ ਸਾਰੀ ਦੀ ਸਾਰੀ ਰਾਤ ਚਰਖਾ ਕੱਤਦੀਆਂ ਪ੍ਰਧਾਨਗੀ ਕੀ ਹੁੰਦਾ ਜਿਹੜਾ ਲੀਡ ਕਰੇ ਕਹਿੰਦਾ ਮੇਰੇ ਸਤਿਕਾਰਯੋਗ ਮਾਤਾ ਜੀ ਦੀ ਪ੍ਰਧਾਨਗੀ ਹੇਠ ਮੇਰੀਆਂ ਭੈਣਾਂ ਭੈਣਾਂ ਦੀਆਂ ਸਹੇਲੀਆਂ ਸਾਰੀ ਸਾਰੀ ਰਾਤ ਉੱਥੇ ਚਰਖਾ ਕੱਤਦੀਆਂ ਸਨ ਕਿੱਥੇ ਹੇਠਲੇ ਸੂਫੇ ਸੂਫੇ ਮੀਨਸ ਡਿਓੜੀ ਵਿੱਚ ਠੀਕ ਹੈ ਬੱਚੇ ਕਿਤਨੀਆਂ ਹੀ ਤਸਵੀਰਾਂ ਕਲਪਨਾ ਦੇ ਪਰਦੇ ਉੱਤੇ ਅਕਸ ਪਾ ਗਈਆਂ ਅਕਸ ਮੀਨਸ ਪਰਛਾਵਾਂ ਦੇ ਗਈਆਂ ਕਦੋਂ ਜਦੋਂ ਬੱਸ ਵਿੱਚ ਜਾ ਰਿਹਾ ਭੇਰੇ ਪਿੰਡ ਵੱਲ ਕਿਤਨੀਆਂ ਹੀ ਤਸਵੀਰਾਂ ਕਿਹਦੀਆਂ ਤਸਵੀਰਾਂ ਪਿੰਡ ਦੀਆਂ ਤਸਵੀਰਾਂ ਉਹਦੇ ਕਲਪਨਾ ਦੇ ਚਿਹਰੇ ਤੇ ਅਕਸ ਪਾ ਗਈਆਂ ਉਹਦੀ ਇਮੈਜੀਨੇਸ਼ਨ ਵਿੱਚ ਆਈਆਂ ਕਿਹੜੀਆਂ ਕਿਹੜੀਆਂ ਹੁਣ ਧਿਆਨ ਨਾਲ ਦੇਖੋ ਇਹ ਪਹਿਰਾ ਅੰਡਰਲਾਈਨ ਕਰਨਾ ਹੈ ਅੱਗੇ ਜਾ ਕੇ ਕੁਐਸਚਨ ਕਰਨਾ ਹੈ ਕਿ ਕਿਹੜੀਆਂ ਤਸਵੀਰਾਂ ਉਹਦੇ ਕਲਪਨਾ ਦੇ ਚਿਹਰੇ ਤੇ ਅਕਸ ਪਾ ਗਈਆਂ ਕਣਕ ਦੇ ਹਰੇ ਭਰੇ ਖੇਤ ਉਹਨੂੰ ਯਾਦ ਆਏ ਹੈ
बचपन का सारा कुछ याद रहे, जिन्हां विचों लुकन मिट्टी खेड खेडते, लुकन मिट्टी की खेड है बच्चों की पुरानी खेड, मां खेड, जिन्हां दे बूटे तोड़ के कणक दे बूटे तोड़ लैने, तूतनिया बना लैनिया, तूतनिया कहिंदे एक दूजे नूं आवाज देनी है, माइक बना लेना, तूतनिया बनानिया, सिट्टे तोड़ के कणक की फसल के सिट्टे तोड़ के शरारत दे नाल सलवारां दे पोंचिया विच घुसेड़दे ने, जिवें कुतकधाड़ियां निकलन किसी नूं, एक तिले दे नाल है ना, इदां कुतकधाड़ियां निकलन विचों पिछों दी जाके, ये उन्हां दीआं खेडां सन। ये समां उन्हूं याद आ रही है, खूहां दे पानी, खेतां विच सजरियां पट्टियां मूलियां, खूहां तों पानी लैण जाणा, सजरियां मूलियां पट्ट के खानियां। उस जमाने तों बाद तां कदी फिर पेंडू जीवन का स्वाद ही नहीं मानिया। इथों तक बेटे आपां रीडिंग कर ली है, तुसीं एक वारी ये चैप्टर चंगी तरह रीड कर लेना, ठीक है बच्चे। कल दी क्लास आपां रीडिंग कंप्लीट करांगे और वन मार्क क्वेश्चन करांगे बेटे, ठीक है बच्चे। और रेगुलर रहा करो, क्लास इन बिटवीन लैफ्ट ना करिया करो बच्चे, तुहाडा नुकसान होना है। रीडिंग जरूरी है, ये हुण वार्तक लेख मुड़ वेख्या पिंड चंगी तरह तुसीं रीड करके वन मार्क क्वेश्चन अंडरलाइन करने हैं। थैंक यू सो मच बेटे।